ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਕਿ ਵੈਸੇ ਤਾਂ ਜੋ ਪੰਜਾਬ ਚ ਹੋਇਆ ਸਾਰੀ ਦੁਨੀਆ ਜਾਣਦੀ ਹੈ ਤੁਸੀਂ ਆਪ ਵੇਖਿਆ ਹੈ ਲੇਕਿਨ ਸੁਖਨਾ ਅਬਲੂ ਪਿੰਡ ਹੈ ਸਾਡਾ 4000 ਵੋਟ ਦਾ ਪਿੰਡ ਹੈ 12-12000 ਦੇ ਜਿਹੜੇ ਵੋਟ ਸੀਗੇ ਉਹਨਾਂ ਦੀ ਗਿਣਤੀ ਸਮਾਪਤ ਹੋ ਗਈ ਇਹ ਸੁਖਨਾ ਅਬਲੂ ਦੇ ਵਿੱਚ ਹੁਣ ਤੱਕ ਗਿਣਤੀ ਚੱਲੀ ਜਾਂਦੀ ਹੈ 5 ਵਾਰੀ ਗਿਣਤੀ ਦੁਬਾਰਾ ਕਰੀ ਜਾਂਦੀ ਹੈ ਦੋਵੇਂ ਧਿਰਾਂ ਉੱਥੇ ਤਣੀਆਂ ਖੜੀਆਂ और एक व्यक्ति जिहड़ा लवली सिंह है वह 5 वोटां ते जित गया फिर गिनती हुण घटा घटा के उहदियां 3 फेर करतियां 2 उड़ातियां सो इह वारी वारी रीकाउंटिंग कर रहे है सो कहण दा मतलब धक्का जास्ती करन दी कोशिश हर संभव कोशिश कीती जा रही है आम आदमी पार्टी द्वारा भी बंदा किवें असीं जिता दईए पुलिस प्रशासन तां खड़ा है और लेकिन मूप दर्शक बन के देख रहा जिहड़ा एसडीएम हैगा गिदड़बा दा सो मेरी बेनती है सारे जाने उत्थे पहुंचे भी है ते पहुंचो दूजी गल इह है भी इस तरह बिल्कुल नहीं होण देंगे और मैं प्रशासन नूं चेतावनी दिंदा अगर कोई उत्थे 19-21 होगी तां परचा जिहड़ा हैगा क्योंकि बंदा कोई मर सकदा उत्थे ते परचा मौजूदा पोलिंग पार्टी ते और नाल दी नाल जिहड़ा परचा है ਉਹ ਐਸਡੀਐਮ ਗਿੱਦੜਬਾ ਤੇ ਪ੍ਰਸ਼ਾਸਨ ਤੇ ਉੱਥੇ ਬੈਠ ਕੇ ਕਰਾਉਂਗਾ ਕਿਉਂਕਿ ਇਸ ਤਰ੍ਹਾਂ ਧੱਕਾ ਜ਼ਾਸਤੀ ਚਾਹੇ ਕੋਈ ਵੀ ਵਿਅਕਤੀ ਜਿੱਤਦਾ ਹਾਰਦਾ ਹੋਵੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੋ ਮੇਰੀ ਇਹ ਬੇਨਤੀ ਹੈ ਮੇਰਾ ਜੈਨੂਇਨ ਕੰਸਰਨ ਹੈ ਕਿਉਂਕਿ ਮੈਂ ਇਸ ਇਲਾਕੇ ਨੂੰ ਰਿਪ੍ਰੈਜ਼ੈਂਟ ਕਰਦਾ ਹਾਂ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਮੈਂ ਰਾਤ ਦਾ ਫੋਨ ਕਰੀ ਜਾਂਦਾ ਸੋ ਇਹਦੇ ਤੇ ਗੌਰ ਫਰਮਾ ਕੇ ਫੈਸਲਾ ਲੈ ਕੇ ਅਨਾਊਂਸਮੈਂਟ ਕਰਾਓ ਹਾਂ ਨਹੀਂ ਤਾਂ ਤੁਹਾਡਾ ਵੀ ਕੰਮ ਖਰਾਬ ਹੋਏਗਾ ਨਾਲ ਹੀ ਧੰਨਵਾਦ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਕਿ ਵੈਸੇ ਤਾਂ ਜੋ ਪੰਜਾਬ ਚ ਹੋਇਆ ਸਾਰੀ ਦੁਨੀਆ ਜਾਣਦੀ ਹੈ ਤੁਸੀਂ ਆਪ ਵੇਖਿਆ ਲੇਕਿਨ ਸੁਖਨਾ ਅਬਲੂ ਪਿੰਡ ਹੈ ਸਾਡਾ 4000 ਵੋਟ ਦਾ ਪਿੰਡ ਹੈ 12-12000 ਦੇ ਜਿਹੜੇ ਵੋਟ ਸੀਗੇ ਉਹਨਾਂ ਦੀ ਗਿਣਤੀ ਸਮਾਪਤ ਹੋ ਗਈ ਇਹ ਸੁਖਨਾ ਅਬਲੂ ਦੇ ਵਿੱਚ ਹੁਣ ਤੱਕ ਗਿਣਤੀ ਚੱਲੀ ਜਾਂਦੀ ਹੈ 5 ਵਾਰੀ ਗਿਣਤੀ ਦੁਬਾਰਾ ਕਰੀ ਜਾਂਦੀ ਹੈ ਦੋਵੇਂ ਧਿਰਾਂ ਉੱਥੇ ਤਣੀਆਂ ਖੜੀਆਂ ਔਰ ਇੱਕ ਵਿਅਕਤੀ ਜਿਹੜਾ ਲਵਲੀ ਸਿੰਘ ਹੈ ਉਹ 5 ਵੋਟਾਂ ਤੇ ਜਿੱਤ ਗਿਆ ਫਿਰ ਗਿਣਤੀ ਹੁਣ ਘਟਾ ਘਟਾ ਕੇ ਉਹਦੀਆਂ 3 ਫੇਰ ਕਰਤੀਆਂ 2 ਉੜਾਤੀਆਂ ਸੋ ਇਹ ਵਾਰੀ ਵਾਰੀ ਰੀਕਾਊਂਟਿੰਗ ਕਰ ਰਹੇ ਹੈ ਸੋ ਕਹਿਣ ਦਾ ਮਤਲਬ ਧੱਕਾ ਜ਼ਾਸਤੀ ਕਰਨ ਦੀ ਕੋਸ਼ਿਸ਼ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੁਆਰਾ ਵੀ ਬੰਦਾ ਕਿਵੇਂ ਅਸੀਂ ਜਿਤਾ ਦਈਏ ਪੁਲਿਸ ਪ੍ਰਸ਼ਾਸਨ ਤਾਂ ਖੜਾ ਹੈ ਔਰ ਲੇਕਿਨ ਮੂਪ ਦਰਸ਼ਕ ਬਣ ਕੇ ਦੇਖ ਰਿਹਾ ਜਿਹੜਾ ਐਸਡੀਐਮ ਹੈਗਾ ਗਿੱਦੜਬਾ ਦਾ ਸੋ ਮੇਰੀ ਬੇਨਤੀ ਹੈ ਸਾਰੇ ਜਾਣੇ ਉੱਥੇ ਪਹੁੰਚੇ ਵੀ ਹੈ ਤੇ ਪਹੁੰਚੋ ਦੂਜੀ ਗੱਲ ਇਹ ਹੈ ਵੀ ਇਸ ਤਰ੍ਹਾਂ ਬਿਲਕੁਲ ਨਹੀਂ ਹੋਣ ਦੇਵਾਂਗੇ ਔਰ ਮੈਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਾ ਅਗਰ ਕੋਈ ਉੱਥੇ 19-21 ਹੋਗੀ ਤਾਂ ਪਰਚਾ ਜਿਹੜਾ ਹੈਗਾ ਕਿਉਂਕਿ ਬੰਦਾ ਕੋਈ ਮਰ ਸਕਦਾ ਉੱਥੇ ਤੇ ਪਰਚਾ ਮੌਜੂਦਾ ਪੋਲਿੰਗ ਪਾਰਟੀ ਤੇ ਔਰ ਨਾਲ ਦੀ ਨਾਲ ਜਿਹੜਾ ਪਰਚਾ ਹੈ ਉਹ ਐਸਡੀਐਮ ਗਿੱਦੜਬਾ ਤੇ ਪ੍ਰਸ਼ਾਸਨ ਤੇ ਉੱਥੇ ਬੈਠ ਕੇ ਕਰਾਉਂਗਾ ਕਿਉਂਕਿ ਇਸ ਤਰ੍ਹਾਂ ਧੱਕਾ ਜ਼ਾਸਤੀ ਚਾਹੇ ਕੋਈ ਵੀ ਵਿਅਕਤੀ ਜਿੱਤਦਾ ਹਾਰਦਾ ਹੋਵੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੋ ਮੇਰੀ ਇਹ ਬੇਨਤੀ ਹੈ ਮੇਰਾ ਜੈਨੂਇਨ ਕੰਸਰਨ ਹੈ ਕਿਉਂਕਿ ਮੈਂ ਇਸ ਇਲਾਕੇ ਨੂੰ ਰਿਪ੍ਰੈਜ਼ੈਂਟ ਕਰਦਾ ਹਾਂ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਮੈਂ ਰਾਤ ਦਾ ਫੋਨ ਕਰੀ ਜਾਂਦਾ ਸੋ ਇਹਦੇ ਤੇ ਗੌਰ ਫਰਮਾ ਕੇ ਫੈਸਲਾ ਲੈ ਕੇ ਅਨਾਊਂਸਮੈਂਟ ਕਰਾਓ ਹਾਂ ਨਹੀਂ ਤਾਂ ਤੁਹਾਡਾ ਵੀ ਕੰਮ ਖਰਾਬ ਹੋਏਗਾ ਨਾਲ ਹੀ ਧੰਨਵਾਦ।